ਇਹ ਸੋਕ ਇਸ ਸਥਾਨ ਜੈ ਬਾਜ਼ਾਰ ਵਾਲੀ ਸਰਕਾਰ ਜੀ ਦੇ ਦਰਬਾਰ ਦੀ ਸ਼ੁਰੂਆਤ ਇਸ ਸਥਾਨ ਤੋਂ ਹੋਈ ਹੈ। ਇਹ ਸੁਖ ਆਸਨ ਬਾਬਾ ਜਗਿੰਦਰ ਸ਼ਾਹ ਜੀ ਦਾ ਹੈ। ਇਸ ਸੁਖ ਆਸਨ ਤੇ ਉਹ ਹਰ ਸਮੇਂ ਬਿਰਾਜਮਾਨ ਹਨ। ਜਿਹੜੀ ਵੀ ਸਾਧ ਸੰਗਤ ਸ਼ਰਧਾ ਭਾਵਨਾ ਨਾਲ ਸਲਾਮ ਕਰਦੀ ਹੈ ਉਸ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਬਾਬਾ ਜਗਿੰਦਰ ਸ਼ਾਹ ਜੀ ਦੇ ਸੁਖ ਆਸਨ ਨਾਲ ਉਹਨਾਂ ਦੀਆਂ ਜੋਤਾਂ ਪ੍ਰਕਾਸ਼ ਕੀਤੀਆਂ ਗਈਆਂ ਹਨ। ਉਹਨਾਂ ਦੀ ਜੋਤ ਦੇ ਨਾਲ ਭਗਵਤੀ ਮਾਂ ਜੀ ਦੀ ਵੀ ਜੋਤ ਪ੍ਰਕਾਸ਼ ਹੈ। ਜੈ ਬਾਜ਼ਾਰ ਵਾਲੀ ਸਰਕਾਰ ਦੇ ਸਥਾਨ ਤੇ ਧੂਣਾ ਸਾਹਿਬ ਬਿਰਾਜਮਾਨ ਹੈ। ਇਸ ਸਥਾਨ ਤੇ ਵੀ ਬਾਬਾ ਜਗਿੰਦਰ ਸ਼ਾਹ ਜੀ ਦੀ ਹਰ ਸਮੇਂ ਬਿਰਾਜਮਾਨ ਹਨ। ਇਹ ਸੁਖ ਆਸਨ ਧੂਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ। ਇਹ ਸੁਖ ਆਸਨ ਤੇ ਬਾਬਾ ਜਗਿੰਦਰ ਸ਼ਾਹ ਜੀ ਬਿਰਾਜਮਾਨ ਹਨ। ਧੂਣਾ ਸਾਹਿਬ ਬਾਬਾ ਜਗਿੰਦਰ ਸ਼ਾਹ ਜੀ ਦੀ ਬੰਦਗੀ ਹੈ। ਇਸ ਸੁਖ ਆਸਨ ਤੇ ਬਾਬਾ ਜੀ ਦੇ ਨਾਲ ਸਾਰੇ ਦੇਵੀ ਦੇਵਤੇ ਗੁਰੂ ਪੀਰ ਬਿਰਾਜਮਾਨ ਹਨ। ਬਾਬਾ ਅਮੀਰ ਚੰਦ ਸਰਕਾਰ ਜੀ, ਬਾਬਾ ਚਿੰਤਾ ਭਾਵ ਜੀ, ਸਵਾਮੀ ਪ੍ਰਕਾਸ਼ਾਨੰਦ ਜੀ, ਬਾਬਾ ਜਗਿੰਦਰ ਸ਼ਾਹ ਜੀ ਦੇ ਹਰ ਟਾਈਮ ਨਾਲ ਹਨ। ਧੂਣਾ ਸਾਹਿਬ ਦੀ ਰਾਖ ਨਾਲ ਸੰਗਤ ਦੇ ਦੁੱਖ ਦੂਰ ਹੁੰਦੇ ਹਨ। ਜਿਹੜਾ ਵੀ ਸੱਚੇ ਦਿਲੋਂ ਧੂਣਾ ਸਾਹਿਬ ਦੀ ਰਾਖ ਨੂੰ ਅਮਰਤ ਸਮਝ ਕੇ ਛਕਦਾ ਹੈ ਉਸ ਦੇ ਸਾਰੇ ਦੁੱਖ ਨਿਵਾਰਤ ਹੁੰਦੇ ਹਨ। ਸਾਹਿਬ ਦੇ ਕੋਲ ਬਾਬਾ ਜਗਿੰਦਰ ਸ਼ਾਹ ਜੀ ਦੀ ਜੋਤ ਪ੍ਰਕਾਸ਼ ਕੀਤੀ ਗਈ ਹੈ, ਨਾਲ ਹੀ ਭਗਵਤੀ ਮਾਂ ਜੀ ਦੀ ਵੀ ਜੋਤ ਪ੍ਰਕਾਸ਼ ਹੈ। ਇਹ ਆਸਨ ਬਾਬਾ ਇਹ ਸੁਖ ਆਸਨ ਤਿੰਨ ਲੋਕਾਂ ਦੇ ਮਾਲਕ ਸ਼੍ਰੀ ਸ਼੍ਰੀ ਅਕਾਲ ਤਖ਼ਤ ਸਵਾਮੀ ਪ੍ਰਕਾਸ਼ਾਨੰਦ ਜੀ ਸਰਸਵਤੀ ਜੀ ਦਾ ਹੈ। ਇਸ ਸੁਖ ਆਸਨ ਤੇ ਉਹ ਹਰੇਕ ਸਮੇਂ ਬਿਰਾਜਮਾਨ ਰਹਿੰਦੇ ਹਨ। ਜਿਹੜੇ ਵੀ ਸਾਧ ਸੰਗਤ ਸ਼ਰਧਾ ਭਾਵਨਾ ਨਾਲ ਫਰਿਆਦ ਕਰਦੀ ਹੈ ਉਹਨਾਂ ਦੇ ਦੁੱਖ ਦੂਰ ਹੁੰਦੇ ਹਨ। ਉਹਨਾਂ ਦੇ ਨਾਲ ਭਗਵਤੀ ਮਾਂ ਜੀ ਦੀ ਜੋਤ ਪ੍ਰਕਾਸ਼ ਹੈ। ਇਹ ਆਸਨ ਭਗਵਤੀ ਮਾਂ ਜੀ ਦਾ ਹੈ। ਇਹ ਸਵਾਮੀ ਪ੍ਰਕਾਸ਼ਾਨੰਦ ਜੀ ਦੇ ਆਸਨ ਦੇ ਕੋਲ ਹੈ ਤੇ ਨਾਲ ਹੀ ਭਗਵਤੀ ਮਾਂ ਜੀ ਦੀ ਜੋਤ ਪ੍ਰਕਾਸ਼ ਕੀਤੀ ਹੈ। ਭਗਵਤੀ ਮਾਂ ਜੀ ਦੀ ਬਾਬਾ ਜਾਰ ਵਾਲੀ ਸਰਕਾਰ ਜੀ ਦੇ ਦਰਬਾਰ ਤੇ ਹਰ ਟਾਈਮ ਪੂਜਾ ਹੁੰਦੀ ਹੈ ਔਰ ਉਹਨਾਂ ਦੀਆਂ ਕੰਜਕਾਂ ਦੀ ਮਾਨਤਾ ਕੀਤੀ ਜਾਂਦੀ ਹੈ। ਸੁਖ ਆਸਨ ਬਾਬਾ ਜਗਿੰਦਰ ਸ਼ਾਹ ਜੀ ਦਾ ਹੈ। ਬਾਬਾ ਜਾਰ ਵਾਲੀ ਸਰਕਾਰ ਜੀ ਦੇ ਨਾਲ ਨਾਲ ਬਾਬਾ ਜਗਿੰਦਰ ਸ਼ਾਹ ਜੀ ਦੀ ਵੀ ਸਾਧ ਸੰਗਤ ਤੇ ਬੜੀ ਅਪਰਪਾਰ ਕਿਰਪਾ ਹੈ। ਬਾਬਾ ਜਗਿੰਦਰ ਸ਼ਾਹ ਜੀ ਦੇ ਹੁਕਮ ਅਨੁਸਾਰ ਸੇਵਾ ਸੇਵਨ ਜਿਹੜੀ ਵੀ ਸੰਗਤ ਸੇਵਾ ਸੇਵਨ ਕਰਦੀ ਹੈ ਉਸ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਬਾਬਾ ਜਾਰ ਵਾਲੀ ਸਰਕਾਰ ਜੀ, ਬਾਬਾ ਜਗਿੰਦਰ ਸ਼ਾਹ ਜੀ, ਬਾਬਾ ਅਮੀਰ ਚੰਦ ਸਰਕਾਰ ਜੀ, ਬਾਬਾ ਚਿੰਤਾ ਭਗਤ ਜੀ, ਬਾਪੂ ਲਾਲ ਬਾਦਸ਼ਾਹ ਜੀ, ਸਵਾਮੀ ਪ੍ਰਕਾਸ਼ਾਨੰਦ ਜੀ, ਸਾਰੇ ਗੁਰੂ ਗੁਰਾਂ ਦਾ ਸਾਧ ਸੰਗਤ ਨੂੰ ਇੱਕੋ ਹੁਕਮ ਹੈ ਸੇਵਾ ਤੇ ਸਿਮਰਨ ਦਾ। ਜੋ ਵੀ ਸੱਚੇ ਦਿਲੋਂ ਸੇਵਾ ਤੇ ਸਿਮਰਨ ਕਰਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੁੰਦੇ ਹਨ ਅਤੇ ਜੋ ਵੀ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਬਾਬਾ ਜਗਿੰਦਰ ਸ਼ਾਹ ਜੀ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਇਹ ਦਰਬਾਰ ਬੇਰੀ ਵਾਲੀ ਸਰਕਾਰ ਜੀ ਦਾ ਦਰਬਾਰ ਹੈ। ਇੱਥੇ ਬਾਬਾ ਜਾਰ ਵਾਲੀ ਸਰਕਾਰ ਜੀ ਦੇ ਮੌਜੂਦਗੀ ਵਿੱਚ ਇੱਥੇ ਹੜ੍ਹ ਆਇਆ ਸੀ ਅਤੇ ਉੱਗੀ ਦੇ ਲੋਕਾਂ ਨੇ ਆਣ ਕੇ ਬਾਬਾ ਜਾਰ ਵਾਲੀ ਸਰਕਾਰ ਜੀ ਦੇ ਕੋਲ ਫਰਿਆਦ ਕੀਤੀ ਕਿ ਸਾਨੂੰ ਬਚਾਓ। ਬਾਬਾ ਜੀ ਨੇ ਉਹਨਾਂ ਦੀ ਫਰਿਆਦ ਕਬੂਲ ਕੀਤੀ ਅਤੇ ਬਾਬਾ ਜਾਰ ਵਾਲੀ ਸਰਕਾਰ ਜੀ ਨੇ ਕਾਨਾ ਕਰ ਦਿੱਤਾ ਅਤੇ ਖਵਾਜਾ ਸਾਹਿਬ ਨੇ ਬਾਬਾ ਜਾਰ ਵਾਲੀ ਸਰਕਾਰ ਜੀ ਦੀ ਫਰਿਆਦ ਕਬੂਲ ਕੀਤੀ ਅਤੇ ਖਵਾਜਾ ਸਾਹਿਬ ਉੱਥੇ ਰੁਕ ਗਏ ਅਤੇ ਉੱਗੀ ਦੇ ਲੋਕਾਂ ਦਾ ਬਚਾਅ ਹੋ ਗਿਆ ਅਤੇ ਉਸ ਕਾਨੇ ਤੋਂ ਇਹ ਬੇਰੀ ਤਿਆਰ ਹੋ ਗਈ ਅਤੇ ਉਸ ਤੋਂ ਬਾਅਦ ਇਹ ਬੇਰੀ ਵਾਲੀ ਸਰਕਾਰ ਜੀ ਦਾ ਦਰਬਾਰ ਮੰਨਿਆ ਜਾਂਦਾ ਹੈ।
ਇੱਥੇ ਜੋਤਾਂ ਪ੍ਰਕਾਸ਼ ਕੀਤੀਆਂ ਗਈਆਂ ਹਨ। ਭਗਵਤੀ ਮਾਨ ਜੀ ਦੀ ਵੀ ਜੋਤ ਨਾਲ ਪ੍ਰਕਾਸ਼ ਹੈ ਅਤੇ ਲਾਲ ਰੰਗ ਦਾ ਨਿਸ਼ਾਨ ਸਾਹਿਬ ਨਾਲ ਚੜ੍ਹਾਇਆ ਗਿਆ ਹੈ। ਸਾਲ ਵਿੱਚ ਦੋ ਵਾਰੀ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ ਅਤੇ ਸਾਰੇ ਗੁਰੂ ਪੀਰਾਂ ਦੇ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ। ਇਹ ਰਾਜਾ ਬਾਬਾ ਜਗਿੰਦਰ ਸ਼ਾਹ ਜੀ ਦਾ ਹੈ। ਸਾਧ ਸੰਗਤ ਬਾਬਾ ਜਗਿੰਦਰ ਸ਼ਾਹ ਜੀ ਸਾਧ ਸੰਗਤ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ ਅਤੇ ਸਾਧ ਸੰਗਤ ਖੁਸ਼ ਹੋ ਕੇ ਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਦਾ ਦਰਬਾਰ ਬਣਾ ਰਹੀ ਹੈ। ਇਸ ਦਰਬਾਰ 'ਤੇ ਪੈਸੇ ਦੀ ਕੋਈ ਮੰਗ ਨਹੀਂ, ਸਿਰਫ ਦਾਤਾ ਜੀ ਦਾ ਇੱਕੋ ਹੁਕਮ ਹੈ, ਸੇਵਾ ਅਤੇ ਸਿਮਰਨ। ਸੇਵਾ ਅਤੇ ਸਿਮਰਨ ਨਾਲ ਹੀ ਸਾਧ ਸੰਗਤ ਦੀਆਂ ਮਨੋਕਾਮਨਾ ਅਤੇ ਦੁੱਖ ਦੂਰ ਹੁੰਦੇ ਹਨ ਅਤੇ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਸੱਚੇ ਦਿਲੋਂ ਦਰਬਾਰ 'ਤੇ ਸੇਵਾ ਕਰਦੀ ਹੈ। ਉਹਨਾਂ ਦੇ ਸਹਿਯੋਗ ਨਾਲ ਹੀ ਦਰਬਾਰ ਬਣ ਰਿਹਾ ਹੈ ਅਤੇ ਰੋਜੇ ਵਿੱਚ ਬਾਬਾ ਜਗਿੰਦਰ ਸ਼ਾਹ ਜੀ ਦੇ ਚਿਰਾਗ ਅਤੇ ਨਾਲ ਭਗਵਤੀ ਮਾਂ ਜੀ ਦੀ ਜੋਤ ਪ੍ਰਕਾਸ਼ ਕੀਤੀ ਗਈ ਹੈ। ਦੋ ਟਾਈਮ ਜੋਤਾਂ ਹੁੰਦੀਆਂ ਹਨ ਅਤੇ ਸਾਧ ਸੰਗਤ ਸ਼ਰਧਾ ਭਾਵਨਾ ਨਾਲ ਦਰਬਾਰ 'ਤੇ ਸੇਵਾ ਕਰਦੀ ਹੈ ਅਤੇ ਉਹਨਾਂ ਦੇ ਦੁੱਖ ਦੂਰ ਹੁੰਦੇ ਹਨ।